ਸੇਵਾ ਕਰਨਾ ਦੱਸਾਂ ਕਿ ਮੈਂ ਕਿਸੇ ਦਾ ਸੇਵਕ, ਕਿਸੇ ਦਾ ਦਾਸ, ਕਿਸੇ ਦਾ ਭਗਤ ਨਹੀਂ ਕਰਾਂਗਾ। ਖੁਦ ਉਸ ਪਰਮਾਤਮਾ ਦੀ ਭਗਤੀ ਕਰਕੇ ਪਰਮਾਤਮਾ ਦਾ ਰੂਪ ਹੋ ਗਿਆ। ਹੁਣ ਜਿਵੇਂ ਕੋਈ ਕਾਰੀਗਰ ਹੈ ਆਪਣੇ ਉਸਤਾਦ ਕੋਲੋਂ ਕੰਮ ਸਿੱਖਦਾ ਹੈ, ਕਈ ਵਾਰੀ ਆਪਾਂ ਦੇਖਦੇ ਹਾਂ ਕਿ ਜਿਹੜਾ ਸ਼ਾਗਿਰਦ ਹੁੰਦਾ ਹੈ ਉਹ ਆਪਣੇ ਉਸਤਾਦ ਤੋਂ ਵੀ ਅੱਗੇ ਨਿਕਲ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਜੀਵ ਪਰਮਾਤਮਾ ਦਾ ਨਾਮ ਜਪਦਾ ਹੈ ਸਤਿਗੁਰੂ ਦਾਸ ਮਲਿਕ ਜੋ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਸੰਤ ਜਨ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦਾ ਰੂਪ ਹੋ ਗਿਆ। ਰਵਿਦਾਸ ਭਣੇ ਜੋ ਜਾਣੇ ਸੋ ਜਾਣ ਸੰਤ ਅਨੰਤ ਅੰਤਰ ਨਾ। ਸਤਿਗੁਰੂ ਜੀ ਫਰਮਾਉਂਦੇ ਕਿ ਮੈਂ ਚੰਗੀ ਭਲੀ ਭਗਤੀ ਜਾਣਦਾ ਹਾਂ ਕਿ ਸੰਤਾਂ ਔਰ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੈ। ਸੰਤ ਜਨ ਇਸ ਸੰਸਾਰ ਦੇ ਭਲਾ ਕਰਨ ਵਾਸਤੇ, ਦੁਨੀਆਂ ਦਾ ਭਲਾ ਕਰਨ ਵਾਸਤੇ ਆਉਂਦੇ ਹਨ ਔਰ ਪਰਮਾਤਮਾ ਦਾ ਨਾਮ ਜਪ ਕੇ ਖੁਦ ਪਰਮਾਤਮਾ ਦਾ ਰੂਪ ਬਣਦੇ ਹਨ ਔਰ ਦੁਨੀਆਂ ਉਹਨਾਂ ਨੂੰ ਨਮਸਕਾਰ ਕਰਕੇ ਆਪਣਾ ਜੀਵਨ ਸਰਨਾ ਕਰਦੇ ਹਨ। ਸਤਿਗੁਰ ਜੀ ਅੱਗੇ ਬਖਸ਼ ਕਰਦੇ ਗੁਣੀ ਯੋਗ ਜਗੇ ਕੁਛ ਨਾ ਜਾਣੋ ਤਾਂ ਤੇ ਰੂਪ ਉਦਾਸਾ ਕਿ ਪ੍ਰਭੂ ਜੀ ਨਾ ਹੀ ਮੈਂ ਕੋਈ ਯੋਗ ਕਰਨ ਅਤੇ ਜਗ ਕਰਨ ਵਾਲੇ ਨੂੰ ਜਾਣਦਾ ਕਿ ਨਾ ਮੈਂ ਕੋਈ ਜਗ ਕਰਦਾ ਨਾ ਕੋਈ ਯੋਗ ਕਰਦਾ, ਇਹਨਾਂ ਦੇ ਕਰਨ ਤੋਂ ਮੈਂ ਉਪਰਾਮ ਰਹਿੰਦਾ। ਭਗਤ ਗੁਰੂਆ ਤੋਂ ਚੜੇ ਪੜਾਈ ਯੋਗ ਕਰੋ ਜਗ ਮਾਨੈ ਗੁਣ ਹੁਆ ਤੋਂ ਗੁਣੀ ਜਨ ਕਹੇ ਗੁਣੀ ਆਪ ਕੋ ਤਾਣੇ ਕਿ ਹੇ ਪ੍ਰਭੂ ਜੀ ਜੋ ਜੀਵ ਆਪ ਜੀ ਦੀ ਭਗਤੀ ਕਰਦਾ ਕਿ ਜਿਹੜਾ ਵੀ ਜੀਵ ਉਸ ਪਰਮਾਤਮਾ ਦਾ ਨਾਮ ਸੇਵਾ ਸਿਮਰਨ ਕਮਾਈ ਕਰਦਾ ਹੈ ਕਦੇ ਉਸਦੀ ਮਹਿਮਾ ਵਧੇਗੀ ਕਿ ਉਹਦੀ ਮਹਿਮਾ ਵੱਧਦੀ ਹੈ ਅਤੇ ਜੇਕਰ ਕੋਈ ਜੀਵ ਯੁਗਾਂ ਦੀ ਸਾਧਨਾ ਕਰਦਾ ਹੈ ਤਾਂ ਉਹ ਯੋਗੀ ਕਰਕੇ ਜਾਣਿਆ ਜਾਂਦਾ ਜਿਹੜਾ ਜਗ ਕਰਦਾ। ਜੇਕਰ ਕੋਈ ਪ੍ਰਮਾਣ ਹੈ ਗੁਣੀ ਹੈ ਤਾਂ ਉਸਨੂੰ ਸੰਸਾਰੀ ਲੋਕ ਗੁਣੀ ਕਹਿਣਗੇ। ਗੁਣੀ ਆਪਣੇ ਆਪ ਨੂੰ ਉੱਤਮ ਮੰਨਦਾ ਹੈ ਕਿ ਮੇਰੇ ਵਰਗਾ ਕੋਈ ਗੁਣੀ ਨਹੀਂ ਹੈ, ਹੋਰ ਕੋਈ ਮੇਰੇ ਵਰਗਾ ਗੁਣੀ ਕੌਣ ਹੈ, ਕੋਈ ਨਹੀਂ ਹੈ। ਨਾ ਮੈਂ ਮਮਤਾ ਮੋਹ ਨਾ ਹੋਇਆ ਜੀ ਸਭ ਜੈ ਮਲਾਈ ਦੋ ਜਗ ਪਿਸਤ ਦੋ ਸਮ ਕਰ ਜਾਂਦੇ ਦੋ ਪਾਏ ਕਹਿੰਦੇ ਨਾ ਹੀ ਮੈਨੂੰ ਸੰਸਾਰ ਦੀ ਝੂਠੀ ਮੰਗ